ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਘਰ ਵਾਲੀ ਤੋਂ ਦੁਖੀ ਹੋਏ ਫੌਜੀ ਨੇ ਮਾਰੀ ਨਹਿਰ ਦੇ ਵਿੱਚ ਛਾਲ ਨਹਿਰ ਦੇ ਕੰਡੇ ਪੈ ਗਿਆ ਰੋਲਾ ਤੇ ਵੀਡੀਓ ਨੂੰ ਦੇਖ ਲਿਓ ਅੰਤ ਤੱਕ ਤੁਹਾਨੂੰ ਖਬਰ ਪੂਰੀ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਜ਼ਿੰਦਗੀ ਵਿੱਚ ਇਨਸਾਨ ਹਰ ਤਰ੍ਹਾਂ ਦਾ ਸਮਾਂ ਦੇਖਣਾ ਪੈਂਦਾ ਔਖੇ ਸਮੇਤੋ ਭਦਨਾਣੀ ਚਾਹੀਦਾ ਸਗੋਂ ਡਟ ਕੇ ਇਸ ਦਾ ਸਾਹਮਣਾ ਕਰਨਾ ਚਾਹੀਦਾ ਜ਼ਿਲ੍ਹਾ ਰੂਪੜ ਦੇ ਮਾਜਰੀ ਸਥਿਤ ਪਾਖੜਾ ਨਹਿਰ ਦੇ ਵਿੱਚ 27 ਸਾਲਾ ਨੌਜਵਾਨ ਗਗਨਦੀਪ ਵੱਲੋਂ ਪਾਖੜਾ ਨਹਿਰ ਦੇ ਵਿੱਚ ਸ਼ਾਹ ਲਾ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ ਨੌਜਵਾਨ ਆਰਮੀ ਵਿੱਚ ਨੌਕਰੀ ਕਰਦਾ ਸੀ ਅੱਜਕੱਲ੍ਹ ਛੁੱਟੀ ਤੇ ਆਇਆ ਹੋਇਆ ਸੀ ਨਹਿਰ ਦੀ ਪੱਟੜੀ ਤੋਂ ਉਸ ਦਾ ਬੁਲਟ ਮੋਟਰਸਾਈਕਲ ਤੇ ਇੱਕ ਹੱਥ ਲਿਖਤ ਮਿਲੀ ਹੈ ਜਿਸ ਦੇ ਵਿੱਚ ਉਸ ਨੇ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਤੇ ਦੋਸ਼ ਲਾਇਆ ਹੈ ਨ ਪੁਲਿਸ ਵੱਲੋਂ ਮਾਮਲਾ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ ਮਰਤਕ ਦੇ ਦੀ ਪਾਲ ਜਾ ਰਹੀ ਹੈ ਮਰਤਕ ਥਾਣਾ ਚਮਕੌਰ ਦੀ ਪਿੰਡ ਗੜੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਕੁਲਚਿਆਂ ਦੀ ਰੇੜੀ ਲਾਉਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ 1:45 ਮਿੰਟ ਤੇ ਜਦੋਂ ਉਹ ਆਪਣੀ ਰੇੜੀ ਤੇ ਖੜਾ ਸੀ ਤਾਂ ਇੱਕਦਮ ਰੋਲਾ ਪੈ ਗਿਆ ਇੱਕ ਵਿਅਕਤੀ ਨੇ ਨਹਿਰ ਦੇ ਵਿੱਚ ਛਾਲ ਲਾ ਦਿੱਤੀ ਹੈ ਜਦੋਂ ਉਹ ਉੱਥੇ ਦੌੜ ਕੇ ਪਹੁੰਚਿਆ ਤਾਂ ਵਿਅਕਤੀ ਰੋੜ ਚੁੱਕਾ ਸੀ ਪਟੜੀ ਤੇ ਬੁਲਟ ਮੋਟਰਸਾਈਕਲ ਉੱਤੇ ਪਰਸ ਅਤੇ ਇੱਕ ਪਰਚਾ ਵੀ ਸੀ ਜੋ ਪੁਲਿਸ ਲੈ ਗਈ ਆ ਪੁਲਿਸ ਅਧਿਕਾਰੀਆਂ ਦੇ ਦਸਤਨ ਮੁਤਾਬਕ ਉਸ ਨੂੰ ਜਾਣਕਾਰੀ ਮਿਲੀ ਆ ਕਿ ਨਹਿਰ ਦੀ ਪੱਟੜੀ ਉੱਤੇ ਇੱਕ ਬੁਲਟ ਮੋਟਰਸਾਈਕਲ ਖੜਾ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਬੁਲਟ ਉੱਤੇ ਇੱਕ ਪਰਸ ਵੀ ਸੀ ਤੇ ਪਰਸ ਵਿੱਚ شناਖਤੀ ਕਾਰਡ ਏਟੀਐਮ ਕਾਰਡ ਤੇ ਹੱਥ ਲਿਖਤ ਮਿਲੀ ਜਿਸ ਤੋਂ ਪਤਾ ਲੱਗਦਾ ਕਿ ਵਿਅਕਤੀ ਦਾ ਨਾਮ ਗਗਨਦੀਪ ਹੈ ਜੋ ਕਿ ਆਰਮੀ ਵਿੱਚ ਨੌਕਰੀ ਕਰਦਾ ਹੱਥ ਲਿਖਤ ਦੇ ਮੁਤਾਬਕ ਉਸ ਦੀ ਜਾਨ ਗਵਾਉਣ ਲਈ ਨਹਿਰ ਦੇ ਵਿੱਚ ਛਾਲ ਲਾ ਦਿੱਤੀ ਆ ਪੁਲਿਸ ਅਧਿਕਾਰੀ ਦੇ ਦਸਤਨ ਮੁਤਾਬਕ ਹੱਥ ਵਿੱਚ ਉਸਨੇ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਤੇ ਦੋਸ਼ ਲਾਇਏ ਨੇ ਪੁਲਿਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਤੇ ਮ੍ਰਿਤਕ ਦੇ ਦੀ ਪਾਲ ਕਰ ਰਹੀ ਹੈ ਤਾਂ ਜੋ ਮ੍ਰਿਤਕ ਦੇ ਨੂੰ ਬਰਾਮਦ ਕਰਕੇ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇ ਤਾਂ ਜੋ ਪਰਿਵਾਰ ਉਸ ਦੀਆਂ ਅੰਤਮ ਕਰਿਆਵਾਂ ਕਰ ਸਕੇ ਧੰਨਵਾਦ